ਇਦਾਂ ਦੇ ਪੱਕੇ ਜਿਹੜੇ ਸ਼ੈੱਡ ਪੱਕੀਆਂ ਚਾਦਰਾਂ ਜਿਹੜੀਆਂ ਇੱਥੇ ਪੈ ਚੁੱਕੀਆਂ। ਹੁਣ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਲੋਕ ਹੁਣ ਬਿਨਾਂ ਮੰਗਾਂ ਮਨਾਇਆ ਉੱਠ ਕੇ ਘਰੇ ਜਾਣ ਵਾਲੇ ਨਹੀਂ ਹੈਗੇ। ਇਹਨਾਂ ਦੀ ਗੱਲ ਤੁਹਾਨੂੰ ਮੰਨਣੀ ਪੈਣੀ ਆ। ਇਹ ਉਹ ਲੋਕ ਨੇ ਜਿਹੜੇ ਤਲਵਾਰ ਦੀ ਨੋਕ ਦੇ ਕਾਬਲ ਕੰਧਾਰ ਫਤਿਹ ਕਰਨ ਵਾਲੇ ਲੋਕ ਨੇ। ਇਹਨਾਂ ਨੂੰ ਤੁਹਾਨੂੰ ਹੱਕ ਦੇ ਕੇ ਹੀ ਮੋੜਨਾ ਪਏਗਾ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦਾ ਇਨਸਾਫ ਦੇਣਾ ਹੀ ਪਏਗਾ, ਦੋਸ਼ੀਆਂ ਨੂੰ ਸਜ਼ਾ ਦੇਣੀ ਹੀ ਪਏਗੀ ਅਤੇ ਬੰਦੀ ਸਿੰਘ ਰਿਹਾ ਕਰਨੇ ਹੀ ਪੈਣੇ ਆ। ਸਿੰਘ ਸਾਹਿਬ ਖਰਚ ਜਿਹੜਾ ਹੋ ਰਿਹਾ, ਇਹ ਜਿਹੜੇ ਸੈੱਡ ਪੈ ਰਹੇ ਨੇ ਲੋਹੇ ਦਾ, ਜਿਹੜਾ ਜੋ ਵੀ ਮਟੀਰੀਅਲ ਆ ਰਿਹਾ, ਪੱਕੇ ਸੈੱਡ ਪੈ ਚੁੱਕੇ ਨੇ, ਇਹ ਜਗ੍ਹਾ ਜਿਹੜੀ ਪੱਕੀ ਹੋਣ ਜਾ ਰਹੀ ਹੈ, ਇਹਦਾ ਖਰਚ ਕਿਸ ਤਰ੍ਹਾਂ ਸਿੰਘ ਸਾਹਿਬ ਜਿਹੜੀ ਸਿੱਖ ਸੰਗਤ ਆ ਕਿਸ ਤਰ੍ਹਾਂ ਕਲੈਕਸ਼ਨ ਹੋ ਰਹੀ ਆ, ਕਿਸ ਤਰ੍ਹਾਂ ਇਕੱਠਾ ਹੋ ਰਿਹਾ ਇਹ? ਸਾਡੇ ਗੁਰੂ ਨੇ ਨਾ ਇੱਕ ਸਾਨੂੰ ਦਸਵੰਧ ਦੀ ਪ੍ਰਥਾ ਦਿੱਤੀ ਹੋਈ ਹੈ ਵੀ ਆਪਣਾ ਦਸਵੰਧ ਕੱਢਣਾ ਹਰ ਗੁਰਸਿੱਖ ਨੇ ਜੀ, ਅਤੇ ਉਹ ਦਸਵੰਧ ਨੂੰ ਹੀ ਸਾਰੇ ਜੋੜ ਕੇ ਆਪਣਾ ਦਸਵੰਧ ਆਪਣੇ ਆਪਣੇ ਤਰੀਕੇ ਨਾਲ ਪੁੱਜਦਾ ਕਰ ਰਹੇ ਹੈ। ਅਤੇ ਦਸਵੰਧ ਦੇ ਵਿੱਚੋਂ ਕਿਸੇ ਤੋਂ ਨਗਦ ਪੈਸੇ ਨਹੀਂ ਮੰਗੇ ਜਾਂਦੇ। ਕੋਈ ਵਿਚਾਰਾ ਚਾਦਰਾਂ ਦੀ ਸੇਵਾ ਕਰ ਰਿਹਾ, ਕੋਈ ਕਹਿੰਦਾ ਮੈਂ ਪੈਪ ਪੁੱਜਦੇ ਕਰ ਦਿੰਦਾ, ਕੋਈ ਕਹਿੰਦਾ ਬਾਬਾ ਜੀ ਜਾਲੀ ਦੀ ਸੇਵਾ ਦੇ ਦਿਓ, ਕੋਈ ਕਹਿੰਦਾ ਮੈਂ ਮਿੱਟੀ ਦੀ ਟਰਾਲੀ ਸੁੱਟ ਜਾਂਦਾ ਜੀ ਆ ਕੇ। ਮਤਲਬ ਇਹ ਸੇਵਾ ਜਿਹੜੀ ਹੈ ਗੁਰੂ ਦੀ ਕਿਰਪਾ ਦੇ ਨਾਲ ਆਪ ਮੁਹਾਰੇ ਹੋ ਰਹੀ ਹੈ। ਲੰਗਰਾਂ ਦੀ ਤੁਸੀਂ ਦੇਖ ਲਓ, ਬਾਬੇ ਨਾਨਕ ਦਾ ਬੀਹਾਂ ਵਾਲਾ ਲੰਗਰ ਨਾ ਕਦੇ ਮੁੱਕਿਆ ਨਾ ਮੁੱਕਣਾ। ਬਾਬਾ ਕਹਿ ਗਏ ਵੀ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਅਤੇ ਜਿਹੜੀ ਇਹ ਜਿਹੜੀ ਬਾਬੇ ਨਾਨਕ ਦੀ ਜਿਹੜੀ ਪਰੰਪਰਾ, ਬਾਬੇ ਨਾਨਕ ਦੀ ਜਿਹੜੀ ਮਰਿਆਦਾ, ਉਹ ਚੱਲਦੀ ਹੈ ਅਤੇ ਚੱਲਦੀ ਰਹਿਣੀ ਆ। ਦਸਵੰਧ ਦੀ ਪ੍ਰਥਾ ਜੀ, ਦਸਵੰਧ ਕਰਕੇ ਹੀ ਲੋਕ ਆਪਣੇ ਦਸਵੰਧ ਕੱਢ ਕੇ ਹੀ ਸੇਵਾ ਪੁੱਜਦੀ ਕਰਦੇ ਅਤੇ ਮੋਰਚਾ ਚੜ੍ਹਦੀ ਕਲਾ 'ਚ ਅੱਗੇ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰ ਰਿਹਾ ਜੀ। ਅੱਛਾ, ਸਿੱਖ ਜਥੇਬੰਦੀ ਦੇ ਨਾਲ ਤੁਸੀਂ ਕਿਸੇ ਨਾਲ ਤਾਲੁਕਾਤ ਆ ਜਾਂ ਸਾਂਝ ਹੈ? ਪੰਥਕ ਅਕਾਲੀ ਲਹਿਰ, ਉਹਦਾ ਮੈਂ ਜ਼ਿਲ੍ਹਾ ਪ੍ਰਧਾਨ ਹੈ ਜੀ ਮੋਹਾਲੀ ਜ਼ਿਲ੍ਹੇ ਦਾ, ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ, ਉਹਨਾਂ ਦੀ ਜਥੇਬੰਦੀ ਹੈ ਪੰਥਕ ਅਕਾਲੀ ਲਹਿਰ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰੇਕ ਮਸਲੇ 'ਤੇ ਗੰਭੀਰਤਾ ਨਾਲ ਆਵਾਜ਼ ਚੱਕਦੇ ਹੈ। ਭਾਈ ਰਣਜੀਤ ਸਿੰਘ ਜੀ ਉਹ ਯੋਧਾ ਜਿਹਨੇ ਕੌਮ ਦੀ ਲੱਥੀ ਹੋਈ ਪੱਗ ਸਿਰ 'ਤੇ ਰੱਖੀ ਸੀ, 20 ਸਾਲ ਜੇਲ੍ਹ ਕੱਟ ਕੇ ਆਏ ਨੇ ਗੁਰਵਚਨ ਨਿਰੰਕਧਾਰੀ ਨੂੰ ਸੋਧਾ ਲਾਉਣ ਵਾਲਾ ਭਾਈ ਰਣਜੀਤ ਸਿੰਘ, ਉਹਦੀ ਜਥੇਬੰਦੀ ਪੰਥਕ ਅਕਾਲੀ ਲਹਿਰ। ਅੱਛਾ, ਰਣਜੀਤ ਸਿੰਘ ਦੀ ਗੱਲ ਕੀਤੀ ਤੁਸੀਂ ਨੇ, ਮੈਂ ਜਿਹੜਾ ਮੇਰਾ ਸਵਾਲ ਆ, 328 ਸਰੂਪਾਂ ਦੇ ਜਿਹੜਾ ਉਹ ਇਨਸਾਫ ਦੀ ਗੱਲ ਕਰ ਰਹੇ ਨੇ, ਸ਼੍ਰੋਮਣੀ ਕਮੇਟੀ ਇਸ ਬਾਰੇ ਕੋਈ ਬਿਆਨ ਨਹੀਂ ਦੇ ਰਹੀ। ਇਹ ਉਹ ਬਿਆਨ ਤਾਂ ਦੇਣਗੇ ਨਾ ਕਿਉਂਕਿ ਚੋਰੀ ਉਹਨਾਂ ਦੀ ਹੈ, ਗਲਤੀ ਉਹਨਾਂ ਦੀ ਹੈ। ਬਿਆਨ ਦੇਣ 'ਤੇ ਕੀ ਦੇਣ, ਸਫਾਈ ਦੇਣ 'ਤੇ, ਸਪਸ਼ਟੀਕਰਨ ਦੇਣ 'ਤੇ ਕੀ ਦੇਣ? ਅੱਜ ਦੇ ਦਿਨ ਦਾ ਇਤਿਹਾਸ ਤੁਹਾਨੂੰ ਦੱਸਦਾ ਕਿ ਨਕੋਦਰ ਦੇ ਵਿੱਚ ਸਾਡੇ 4 ਪਿਆਰੇ ਸਿੱਖ ਅੱਜ ਦੇ ਦਿਨ ਸ਼ਹੀਦੀਆਂ ਪਾ ਗਏ ਸੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਲੈਂਦੇ ਹੋਏ। ਅੱਜ 4 ਫਰਵਰੀ ਹੈ, ਅੱਜ ਦੇ ਦਿਨ ਉਹ ਲੋਕ ਸ਼ਹੀਦੀਆਂ ਪਾ ਗਏ ਸੀ, ਭਾਈ ਮਨਧੀਰ ਸਿੰਘ ਵਰਗੇ, ਭਾਈ ਰਵਿੰਦਰ ਵਰਗੇ, ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਨੂੰ ਰਿਪ੍ਰਜੈਂਟ ਕਰਦੇ ਸੀ ਉਸ ਵੇਲੇ। 1986 ਦੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਕਿ ਅੱਜ ਦਾ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈਗਾ। ਸਾਡੇ 4 ਸਿੱਖ ਜਿਹੜੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਉਹ ਲੈ ਰਹੇ ਸੀ, ਅਤੇ ਬਾਦਲ ਸਰਕਾਰ ਜਿਸ ਵੇਲੇ ਬੇਅਦਬੀ ਹੋਈ ਸੀ, ਅਤੇ ਉਸੇ ਬਾਦਲ ਸਰਕਾਰ ਨੇ ਅਜ਼ਰਾਹਲ ਆਲਮ ਵਰਗੇ ਜਿਹੜੇ ਉਸ ਵੇਲੇ ਦੇ ਮੌਜੂਦਾ SSP ਸੀ, ਉਹਨੂੰ ਅੱਜ ਵੀ ਸ਼੍ਰੋਮਣੀ ਕਮੇਟੀ ਦੇ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਦੇ ਉਹਦੇ ਨਾਲ ਨਵਾਜਿਆ ਹੋਇਆ, ਅੱਜ ਵੀ ਮੌਜੂਦਾ। ਅਤੇ ਉਹਦੀ ਘਰਵਾਲੀ ਮਲੇਰਕੋਟਲੇ ਤੋਂ ਇਲੈਕਸ਼ਨ ਲੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ, ਅਤੇ ਉਹ ਉਹਨਾਂ ਤੋਂ ਅਸੀਂ ਇਨਸਾਫ ਦੀ ਕਿਵੇਂ ਮੰਗ ਕਰ ਸਕਦੇ? ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਨਿਰੋਲ ਧਾਰਮਿਕ ਸੰਸਥਾ ਸੀ, ਜਿਹੜੀ ਇਹ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਸਲਾ ਪਹਿਲ ਦੇ ਆਧਾਰ 'ਤੇ ਚੱਕ ਸਕਦੀ ਸੀ। ਉਹਨਾਂ ਨੇ ਬੇਅਦਬੀ ਦਾ ਮਸਲਾ ਤਾਂ ਕੀ ਚੱਕਣਾ ਸੀ, ਉਹਨਾਂ ਨੇ ਬੰਦੀ ਸਿੰਘਾਂ ਦਾ ਮਸਲਾ ਤਾਂ ਕੀ ਚੱਕਣਾ ਸੀ? ਉਲਟਾ ਜੱਗੀ ਜੌਲ ਵਰਗੇ ਉਹਨਾਂ ਦੇ ਸਮੇਂ 'ਚ ਗ੍ਰਿਫਤਾਰ ਹੋਏ ਆ, ਉਹਨਾਂ ਦੇ ਸਮੇਂ 'ਚ ਉਹਨਾਂ ਨੂੰ ਸਜ਼ਾਵਾਂ ਹੋਈਆਂ।